ਦੋਸਤੋ ਮੈਨੂੰ ਤੁਹਾਡੇ ਬਹੁਤ ਸਾਰੇ ਕਮੈਂਟ ਮਿਲ ਰਹੇ ਨੇ ਜ਼ਿਆਦਾਤਰ ਕਮੈਂਟ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਬੈਂਕ ਤੁਹਾਡੀ ਗੱਲ ਸੁਣ ਨਹੀਂ ਰਿਹਾ ਹੈ ਤੁਹਾਡੇ ਲੋਨ ਦੇ ਪ੍ਰਪੋਜ਼ਲ ਨੂੰ ਲੈ ਨਹੀਂ ਰਿਹਾ ਹੈ ਤੇ ਅਲਟੀਮੇਟਲੀ ਤੁਹਾਡੇ ਲੋਨ ਨੂੰ ਸੈਕਸ਼ਨ ਨਹੀਂ ਕਰ ਰਿਹਾ ਹੈ ਦੋਸਤੋ ਸਸਟਿਆਕਲ ਮੈਂ ਹਾਂ ਮੁਕੇਸ਼ ਮੋਹਨ ਗੁਪਤਾ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਵੀ ਤੁਸੀਂ ਆਪਣੇ ਲੋਨ ਦਾ ਪ੍ਰਪੋਜ਼ਲ ਬੈਂਕ ਦੇ ਕਿਸੇ ਵੀ ਬ੍ਰਾਂਚ ਵਿੱਚ ਲੈ ਕੇ ਜਾਓ ਤਾਂ ਬ੍ਰਾਂਚ ਮੈਨੇਜਰ ਨਾਲ ਕਿਵੇਂ ਵਿਵਹਾਰ ਕਰਨਾ ਚਾਹੀਦਾ ਹੈ ਤੇ ਉਹਨਾਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ ਅਤੇ ਉਹਨਾਂ ਨੂੰ ਕਿਵੇਂ ਮਨਾਉਣਾ ਚਾਹੀਦਾ ਹੈ ਕਿ ਜੇਕਰ ਬੈਂਕ ਤੁਹਾਡਾ ਲੋਨ ਮਨਜ਼ੂਰ ਕਰੇਗਾ ਤਾਂ ਇਹ ਬੈਂਕ ਲਈ ਵੀ ਪ੍ਰੋਫਿਟੇਬਲ ਹੋਵੇਗਾ ਦੇਸ਼ ਵੀ ਅੱਗੇ ਵਧੇਗਾ ਅਤੇ ਤੁਹਾਡੇ ਲਈ ਵੀ ਪ੍ਰੋਫਿਟੇਬਲ ਹੋਵੇਗਾ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਇੱਕ ਬੈਂਕ ਵਿੱਚ ਇੱਕ ਲੋਨ ਪ੍ਰਪੋਜ਼ਲ ਦੇ ਨਾਲ ਮੈਂ ਅੰਦਰ ਆ ਸਕਦਾ ਸਰ ਜੀ ਆਓ ਜੀ ਆਓ ਠੀਕ ਹੈ ਠੀਕ ਹੈ ਸਰ ਬੈਠੋ ਜੀ ਬੈਠੋ ਧੰਵਾਦ ਸਰ ਧੰਵਾਦ ਬੋਲੀਏ ਹਾਂ ਜੀ ਸਰ ਮੈਂ ਤੁਹਾਨੂੰ ਲੋਨ ਦੀ ਐਪਲੀਕੇਸ਼ਨ ਦੇਣਾ ਚਾਹੁੰਦਾ ਸੀ ਇਸ ਸੀ ਦਾ ਲੋਨ ਹੈ ਸਰ ਇਹ ਮੈਂ ਇੱਕ ਫੈਕਟਰੀ ਲਗਾਉਣਾ ਚਾਹੁੰਨਾ ਐਮ ਐਸ ਐਮਈ ਵਿੱਚ ਨਹੀਂ ਇਥੇ ਸੀ ਐਮ ਐਸ ਐਮਈ ਦਾ ਲੋਨ ਨਹੀਂ ਕਰਦੇ ਕੋਈ ਕਾਰ ਵਗੈਰਾ ਦਾ ਲੋਨ ਹੈ ਤਾਂ ਉਹ ਕਰ ਸਕਦੇ ਆ ਪਰ ਸਰ ਐਮਐਸ ਐਮੀ ਦਾ ਇੰਨੀ ਜਨਰੇਸ਼ਨ ਕਰਦੀ ਹੈ এমপ্লয়ਮੈਂਟ ਦੀ ਹਾਂ ਉਹ ਸਭ ਹੈ ਪਰ ਹੁਣ ਅਸੀਂ ਥੋੜੇ ਜੇ ਬਿਜ਼ੀ ਆ ਤੇ ਹੁਣ ਸਾਡਾ ਚੱਲ ਰਿਹਾ ਰਿਕਵਰੀ ਚੱਲ ਰਿਹਾ ਤੇ ਐਨੂਅਲ ਕਲੋਜ਼ਿੰਗ ਚੱਲ ਰਿਹਾ ਹੈ ਆਡਿਟ ਵਗੈਰਾ ਦਾ ਵੀ ਚੱਲ ਰਿਹਾ ਤਾਂ ਇਸ ਵੇਲੇ ਸੀ ਤੁਹਾਡਾ ਲੋਨ ਨਹੀਂ ਕਰ ਪਾਵਾਂਗੇ ਤਾਂ ਇਸਰ ਤੁਹਾਡੇ ਬੈਂਕ ਦਾ ਡਿਸੀਜਨ ਹੈ ਕਿ ਤੁਸੀਂ ਇਸ ਟਾਈਮ ਲੋਨ ਨਹੀਂ ਕਰ ਰਹੇ ਹਾਂ ਕੁਝ ਅਜੀਹੀ ਸਮਝ ਲਓ ਤਾਂ ਸਰ ਫਿਰ ਤੁਸੀਂ ਸਾਨੂੰ ਇਹ ਲਿਖ ਕੇ ਦੇ ਦਿਓ ਇਹ ਕੋਈ ਚੀਜ਼ ਨਹੀਂ ਨਹੀਂ ਲਿਖਿਆ ਸੀ ਨਹੀਂ ਦੇਵਾਂਗੇ ਸਰ ਤੁਸੀਂ ਲਿਖੇ ਤੋਂ ਤਾਂ ਸਰ ਤੁਸੀਂ ਇਹ ਰਸੀਵਤਾ ਕਰੋਗੇ ਫਾਈਲ ਤਾਂ ਦੇਖ ਲਓ ਇੱਕ ਵਾਰ ਤੁਸੀਂ ਰੱਖਦੇ ਹੋ ਤੁਸੀਂ ਰੱਖਦੇ ਹੋ ਇੱਥੇ ਪਰ ਰਸੀਵ ਨਹੀਂ ਕਰਾਂਗੇ ਸਰ ਦੇਖੋ ਇਹ ਤਾਂ ਤੁਸੀਂ ਸਰਕਾਰੀ ਬੈਂਕ ਵਿੱਚੋਂ ਸਰ ਇਹ ਤਾਂ ਤੁਹਾਡਾ ਕਹਿਣਾ ਸਹੀ ਨਹੀਂ ਹੋਏਗਾ ਕਿ ਅਸੀਂ ਤੁਹਾਨੂੰ ਕੋਈ ਪੇਪਰ ਦੇ ਰਿਹਾ ਤੇ ਤੁਸੀਂ ਰਸੀਵ ਨਹੀਂ ਕਰੋਗੇ ਸੈਂਕਸ਼ਨ ਕਰਨਾ ਨਹੀਂ ਅਸੀਂ ਤਾਂ ਅਸੀਂ ਤਾਂ ਤੁਹਾਨੂੰ ਕਹਿ ਰਹਿਣਾ ਕਿ ਅਸੀਂ ਇਸ ਵੇਲੇ ਨਹੀਂ ਕਰ ਰਹੇ ਤੁਸੀਂ ਤੁਸੀਂ ਜ਼ਬਰਦਸਤੀ ਕਰ ਰਹੇ ਹੋ ਕਿ ਰੱਖ ਲਓ ਇਸ ਕਰਕੇ ਮੈਂ ਕਹਿ ਰਿਹਾ ਕਿ ਬਸ ਰੱਖਦੇ ਹੋ ਕੀ ਤੁਸੀਂ ਕਹਿੰਦਾ ਬਸ ਅਸੀਂ ਰੱਖ ਲਿਆ ਨਹੀਂ ਨਹੀਂ ਸਰ ਇਸ ਵਿੱਚ ਜੋ ਵੀ ਤੁਹਾਡਾ ਡਿਸੀਜਨ ਹੈ ਸੈਂਕਸ਼ਨ ਕਰਨਾ ਜਾਂ ਰਿਜੈਕਟ ਕਰਨਾ ਤੁਸੀਂ ਲਿਖ ਕੇ ਦੇ ਦਿਓ ਜੋ ਵੀ ਤੁਹਾਡਾ ਡਿਸੀਜਨ ਹੈ ਉਹ ਤਾਂ ਜਦੋਂ ਹੋਏਗਾ ਉਦੋਂ ਦੇਖਾਂਗੇ ਹੁਣ ਤਾਂ ਅਸੀਂ ਤੁਹਾਨੂੰ ਨਹੀਂ ਦੇਵਾਂਗੇ ਨਾ ਲਿਖੇ ਸਰ ਦੇਖੋ ਇੱਕ ਚੈਂਬਰ ਹੈ ਚੈਂਬਰ ਆਫ ਇੰਡੀਆ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਉਹਨਾਂ ਨੇ ਇੱਕ YouTube ਚੈਨਲ ਸ਼ੁਰੂ ਕੀਤਾ ਹੈ MSME ਹੈਲਪਲਾਈਨ ਮੈਂ ਉਹਨਾਂ ਦੀ ਇੱਕ ਵੀਡੀਓ ਵੇਖੀ ਸੀ ਉੱਥੇ ਉਹਨਾਂ ਨੇ ਕਿਹਾ ਕਿ ਕੋਈ ਵੀ ਬੈਂਕ ਤੁਹਾਨੂੰ ਮਨਾ ਨਹੀਂ ਕਰ ਸਕਦਾ ਲੋਨ ਦੇਣ ਲਈ ਤੁਹਾਡਾ ਲੋਨ ਕਨਸੀਡਰ ਕਰਨ ਲਈ ਤੁਸੀਂ ਉਹਨਾਂ ਦੀ ਗੱਲ ਤਾਂ ਮੰਨੋ ਸਰ ਕੀ ਉਹ ਗਲਤ ਬੋਲ ਰਹੇ ਨੇ ਅਸੀਂ ਚੈਂਬਰ ਦੇ ਥੱਲੇ ਥੋੜੇ ਨਾ ਕੰਮ ਕਰਦੇ ਆ ਤਾਂ ਸਰ ਉਹ ਜਿਹੜਾ ਚੈਂਬਰ ਹੈ ਸਰ ਜੋ ਸਾਨੂੰ ਉਹ ਸਮਝਾ ਰਿਹਾ YouTube ਚੈਨਲ ਦੇ ਉੱਤੇ ਤਾਂ ਇਸ ਦਾ ਮਤਲਬ ਕਿ ਉਹ ਗਲਤ ਸਮਝਾ ਰਿਹਾ ਸਾਨੂੰ ਨਹੀਂ 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 ਗਲਤ ਨਹੀਂ ਗਲਤ ਨਹੀਂ ਉਹ ਵੀ ਤੁਹਾਨੂੰ ਸਰਕਾਰ ਦੀਆਂ ਸਕੀਮਾਂ ਹੀ ਦੱਸ ਰਹੇ ਨੇ ਜਿਹੜੀਆਂ ਵੀ ਹੈਗੀਆਂ ਨੇ ਪਰ ਸਾਡੀ ਵੀ ਇਸ ਵੇਲੇ ਆਪਣੀ ਮਜਬੂਰੀ ਹੈ ਇਸ ਵੇਲੇ ਹੁਣ ਹਰ ਵੇਲੇ ਥੋੜੇ ਨਾਲ ਅਸੀਂ ਇਹੀ ਸਭ ਕਰਦੇ ਰਹਾਂਗੇ ਸਰ ਇਸ ਦਾ ਮਤਲਬ ਸਕੀਮ ਤਾਂ ਸਰਕਾਰ ਦੀ ਹੈ ਨਾ ਲੋਨ ਦੇਣ ਦੀ ਇਸ ਲਈ ਸਰ ਕਟੋਕੜ ਇੱਕ ਵਾਰ ਮੇਰਾ ਪ੍ਰਪੋਜ਼ਲ ਤਾਂ ਵੇਖ ਲਓ ਹਾਂ ਦਿਖਾਓ ਦਿਖਾਓ ਤੁਹਾਡਾ ਪ੍ਰਪੋਜ਼ਲ ਸਰ ਇਹ ਦੇਖੋ ਅਸੀਂ ਤੁਹਾਨੂੰ ਪੂਰਾ ਸਰ ਜੇ ਤੁਸੀਂ ਪਹਿਲੇ ਪੰਨੇ ਜੇ ਤੁਸੀਂ ਦੇਖੋਗੇ ਮੈਂ ਡਾਕੂਮੈਂਟ ਦੀ ਪੂਰੀ ਲਿਸਟ ਦਿੱਤੀ ਹੈ ਤੇ ਮੈਂ ਡਬਲ ਡੁਪਲੀਕੇਟ ਵਿੱਚ ਤਿਆਰ ਕੀਤੀ ਹੈ ਨੀ ਪਹਿਲਾਂ ਦੱਸੋ ਕਿ ਕਿਸ ਚੀਜ਼ ਵਾਸਤੇ ਹੈ ਫੂਡ ਪ੍ਰੋਸੈਸਿੰਗ ਦਾ ਪਲਾਂਟ ਲਗਾਉਣਾ ਚਾਹੁੰਦੇ ਆ ਜਿਸ ਵਿੱਚ ਫੂਡ ਪ੍ਰੋਸੈਸਿੰਗ ਮਤਲਬ ਸਬਜ਼ੀ ਦੇ ਵਿੱਚ ਅਸੀਂ ਅਚਾਰ ਮਰਬਾਹ ਹੋਰ ਜੋ ਕੈਚੱਪ ਵਗੈਰਾ ਹੁੰਦੇ ਨੇ ਉਹ ਪ੍ਰੋਡਕਟ ਬਣਾਵਾਂਗੇ ਸਾਰ ਅਸੀਂ ਅੱਛਾ ਤਾਂ ਕਿੱਥੇ ਬਣਾਓਗੇ ਸਾਰੇ ਅਸੀਂ ਇੱਥੇ ਇੱਕ ਇੰਡਸਟਰੀਅਲ ਏਰੀਆ ਹੈ ਉੱਥੇ ਮੈਂ ਇੰਡਸਟਰੀਅਲ ਏਰੀਆ ਵਿੱਚ ਪਹਿਲਾਂ ਹੀ ਕਿਰਾਏ ਤੇ ਜਗ੍ਹਾ ਲੈ ਲਈ ਹੈ ਸਰ ਉੱਥੇ ਮੈਂ ਇਹ ਪਲਾਂਟ ਲਗਾਉਣਾ ਚਾਹੁੰਦਾ अच्छा रेंट ते है तोदा रेंट एग्रीमेंट है सर, रेंट एग्रीमेंट हैगा सर ए में तो हम दिखाना पेज नंबर 49 ते है सर रेंट एग्रीमेंट हां सर assi hai rent agreement 7 saala lai karwaya hai te naley main innu register vi karwa liya hai sir ha acha ate tohada experience ki hai de vich sab dekho main graduation to baad MBA kita hai ਤੇ ਉਸ ਤੋਂ ਬਾਅਦ ਮੈਂ ਫੂਡ ਪ੍ਰੋਸੈਸਿੰਗ ਯੂਨਿਟ ਵਿੱਚ ਮੈਂ 2 ਸਾਲ ਜੌਬ ਕੀਤੀ ਹੈ ਜੌਬ ਕਰਨ ਤੋਂ ਬਾਅਦ ਮੈਂ ਉੱਥੋਂ ਥੋੜਾ ਐਕਸਪੀਰੀਅੰਸ ਲਿੱਤਾ ਸਰ ਪ੍ਰੋਡਕਸ਼ਨਸ ਦਾ ਵੀ ਐਕਸਪੀਰੀਅੰਸ ਲਿੱਤਾ ਤੇ ਮੈਂ ਉੱਥੇ ਨਾਲ-ਨਾਲ ਥੋੜਾ ਮਾਰਕੀਟਿੰਗ ਵੀ ਦੇਖ ਰਿਹਾ ਸੀ ਸਰ ਤੇ ਮੈਨੂੰ 2 ਸਾਲ ਦਾ ਅੱਛਾ ਖਾਸ ਐਕਸਪੀਰੀਅੰਸ ਹੈ ਸਰ ਤਾਂ ਭਈ ਨੌਕਰੀ ਵੱਖਰੀ ਚੀਜ਼ ਹੁੰਦੀ ਹੈ ਇੱਥੇ ਬਿਜ਼ਨਸ ਚਲਾਉਣਾ ਇੱਕ ਵੱਖਰੀ ਗੱਲ ਹੈ ਤਾਂ ਤੁਸੀਂ ਫਿਰ ਮਾਲ ਕਿਤੋਂ ਖਰੀਦੋਗੇ ਸਰ ਦੇਖੋ ਇਹਦੇ ਲਈ ਵੀ ਮੈਂ ਤੁਹਾਨੂੰ ਆਪਣੀ ਪੂਰੀ ਪ੍ਰੋਜੈਕਟ ਰਿਪੋਰਟ ਦਿੱਤੀ ਹੈ ਸਰ ਜੇ ਤੁਸੀਂ ਦੇਖੋਗੇ ਇਹ ਸਰ ਇਹ ਪੇਜ ਨੰਬਰ 67 ਤੋਂ ਸ਼ੁਰੂ ਹੁੰਦੀ ਹੈ ਸਰ ਇਹ ਇਹ ਪ੍ਰੋਜੈਕਟ ਰਿਪੋਰਟ ਇਸ ਵਿੱਚ ਤੁਸੀਂ ਦੇਖੋਗੇ ਸਰ ਅਸੀਂ ਸਾਰੀ ਡਿਟੇਲ ਦਿੱਤੀ ਹੈ ਸਰ ਕਿ ਰੈਂਟ ਐਗਰੀਮੈਂਟ ਅਸੀਂ ਲੇਤਾ ਸਰ ਤੇ ਅਸੀਂ ਮਸ਼ੀਨਾ ਕਿੱਥੇ ਕਿੱਥੇ ਇਹ ਪ੍ਰੋਜੈਕਟ ਰਿਪੋਰਟ ਤਾਂ ਤੁਸੀਂ ਡਾਊਨਲੋਡ ਕਰ ਲੀਆਂ ਹੋਣਗੀਆਂ ਕਿਧਰੋਂ ਨਹੀਂ ਨਹੀਂ ਸਰ ਇਸ ਨੂੰ ਵੀ ਇਹ ਜਿਹੜਾ ਐਮ ਐਸ ਐਮਈ ਹੈਲਪਲਾਈਨ ਹੈ ਉਹਨਾਂ ਨੇ ਸਾਨੂੰ ਪੂਰਾ ਸਮਝਾਇਆ ਸੀਗਾ ਤੇ ਇਹ ਅਸੀਂ ਰਿਪੋਰਟ ਵੀ ਖੁਦ ਬਣਾਈ ਹੈ ਸਰ ਤੁਸੀਂ ਤੁਸੀਂ ਸਰ ਸਾਡਾ ਪ੍ਰੋਜੈਕਟ ਤਾਂ ਦੇਖੋ ਅਗਰ ਤੁਹਾਨੂੰ ਲੱਗਿਆ ਕਿ ਪ੍ਰੋਜੈਕਟ ਵਿੱਚ ਵਾਇਅਬਿਲਟੀ ਨਹੀਂ ਹੈ ਤਾਂ ਫਿਰ ਤੁਸੀਂ ਸਾਡਾ ਪ੍ਰੋਜੈਕਟ ਰਿਜੈਕਟ ਕਰ ਦੇਣਾ ਲੇਕਿਨ ਤੁਸੀਂ ਸਰ ਇਸ ਵਿੱਚ ਅਸੀਂ ਰੈਂਟਲ ਨਹੀਂ ਇਹ ਜਿਹੜਾ ਸਭ ਤੁਸੀਂ ਇੱਥੇ ਫਿਗਰ ਦਿਖਾ ਰਹੇ ਹੋ ਕਿ ਇੰਨੇ ਵਿੱਚ ਖਰੀਦਾਂਗੇ ਸਾਰਾ ਕੁਝ ਤੁਸੀਂ ਸਟੱਡੀ ਕੀਤਾ ਹੈ ਜਾਂ ਫਿਰ ਜਿਹੜਾ ਆਨਲਾਈਨ ਦੇਖਿਆ ਹੋਈ ਬਸ ਇੱਥੇ ਨਹੀਂ 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 ਸਰ ਇਹ ਪੂਰਾ ਅਸੀਂ ਸਟੱਡੀ ਕੀਤਾ ਹੋਇਆ ਸਰ ਤੇ ਅਸੀਂ ਇਹ ਰੈਂਟਡ ਪ੍ਰੋਪਰਟੀ ਤੇ ਲਗਾਵਾਂਗੇ ਸਰ ਇਹ ਪੂਰਾ ਇਸ ਰਿਪੋਰਟ ਵਿੱਚ ਤੁਸੀਂ ਜੋ ਚਾਹੋ ਸਾਡੇ ਤੋਂ ਪੁੱਛ ਸਕਦੇ ਹੋ ਹੂੰ ਤਾਂ ਮਸ਼ੀਨ ਕਿੱਥੋਂ ਲੈ ਰਹੇ ਹੋ ਸਾਰੇ ਜੋ ਮਸ਼ੀਨ ਸਪਲਾਈਰ ਹੈ ਇਹ ਕੰਪਨੀ ਹੈ ਅਸੀਂ ਤਿੰਨ ਕੋਟੇਸ਼ਨ ਲਿੱਤੀਆਂ ਨੇ ਸਰ ਅਤੇ ਤਿੰਨ ਕੋਟੇਸ਼ਨਾਂ ਲੈਣ ਤੋਂ ਬਾਅਦ ਜਿੱਥੇ ਸਾਨੂੰ ਪਤਾ ਲੱਗਾ ਕਿ ਪਲਾਂਟ ਤੇ ਮਸ਼ੀਨ ਵਧੀਆ ਹਨ ਅਤੇ ਉਹਨਾਂ ਦਾ ਰੇਟ ਵੀ ਵਧੀਆ ਹੈ ਅਸੀਂ ਉਹ ਪਲਾਂਟ ਸਪਲਾਈਰ ਤੋਂ ਮਸ਼ੀਨ ਕਿੰਨੀ ਲੈ ਰਹੇ ਹੋ ਜੀ ਸਰ ਕਿੰਨਾ ਲੋਨ ਲੈ ਰਹੇ ਹੋ ਸਰ ਅਸੀਂ ਇਸ ਵਿੱਚ ਟਰਨਓਵਰ ਐਂਡ ਵਰਕਿੰਗ ਕੈਪੀਟਲ ਦੇ ਕੰਪਿਊਟਰਡ ਲੋਨ ਸਕੀਮ ਦੇ ਤਹਿਤ ਹੈ ਸਰ ਇਸ ਵਿੱਚ ਸਾਡਾ 20 ਲੱਖ ਦਾ ਪ੍ਰੋਪੋਜ਼ ਕੀਤਾ ਹੈ ਸਰ ਜੋ ਕਿ ਮਸ਼ੀਨਰੀ ਲਈ ਹੈ ਤੇ 50 ਲੱਖ ਦੀ ਵਰਕਿੰਗ ਕੈਪੀਟਲ ਹੈ ਤੇ ਟੋਟਲ ਸਾਨੂੰ 70 ਲੱਖ ਰੁਪਏ ਚਾਹੀਦੇ ਸਰ ਤੁਹਾਡੇ ਤੋਂ ਹੂੰ ਤੋ ਕੋਲੈਟਰਲ ਮੈਂ ਕੀ ਦੋਗੇ ਆਪ ਸਰ ਇਹ ਸਾਡਾ ਜੋ ਪ੍ਰੋਪੋਜ਼ਲ ਹੈ ਸਰ ਸੀਜੀਟੀ ਐਮਐਸਸੀ ਦੇ ਅਨੁਸਾਰ ਅਸੀਂ ਨਹੀਂ ਇਹ ਸੀਜੀਟੀ ਐਮਐਸਸੀ ਕੁਝ ਹੁੰਦਾ ਨਹੀਂ ਹੈ ਜਦ ਤੱਕ ਕੋਲੈਕਟਰਲ ਲੈਟਰ ਨਹੀਂ ਆਏਗਾ ਤਦ ਤੱਕ ਸਰ ਸਰਕਾਰ ਤਾਂ ਵਾਰ-ਵਾਰ ਕਹਿ ਰਹੀ ਹੈ ਉਹ ਸਰਕਾਰ ਕਹਿੰਦੀ ਉਹ ਠੀਕ ਹੈ ਪਰ ਰਿਕਵਰੀ ਤਾਂ ਸਾਨੂੰ ਹੀ ਕਰਨੀ ਹੁੰਦੀ ਹੈ ਨਾ ਸਰਕਾਰ ਥੋੜੀ ਨਾ ਕਰੇਗੀ ਰਿਕਵਰੀ ਕਾਲ ਨੂੰ ਜਦੋਂ ਲੋਨ ਖਰਾਬ ਹੋਏਗਾ ਅਸੀਂ ਸਰਕਾਰ ਦੇ ਪਿੱਛੇ ਭੱਜਾਂਗੇ ਹਾਂ ਸਰ ਦੇਖੋ ਫਿਰ ਤੁਸੀਂ ਇੱਕ ਕੰਮ ਕਰੋ ਫਿਰ ਜੋ ਵੀ ਡਿਸੀਜਨ ਹੈ ਕੋਲੈਟਰਲ ਫਰੀ ਲੋਨ ਨਹੀਂ ਦਿਓਗੇ ਸਰ ਨਹੀਂ ਹੋਤਾ ਪ੍ਰੋਜੈਕਟ ਦੇਖ ਕੇ ਦੇਖਾਂਗੇ ਪਰ ਅਸੀਂ ਅਸੀਂ ਲੈਨੇ ਅਸੀਂ ਕੋਲੈਟਰਲ ਲੈਨੇ ਆ ਤੇ ਤੁਸੀਂ ਪਹਿਲੀ ਵਾਰ ਤੁਸੀਂ ਲੋਨ ਲੈ ਰਹੇ ਹੋ ਲੇਕਿਨ ਸਰ ਤੁਸੀਂ ਮੇਰਾ ਐਕਸਪੀਰੀਅੰਸ ਵੇਖੋ ਤੁਸੀਂ ਸਾਡੀ ਵੈਬਿਲਿਟੀ ਦੇਖੋ ਐਕਸਪੀਰੀਅੰਸ ਤੁਹਾਡਾ 2 ਸਾਲਾ ਤੁਹਾਡਾ ਐਕਸਪੀਰੀਅੰਸ ਹੈ 2 ਸਾਲ ਤੁਸੀਂ ਜੋਬ ਕੀਤੀ ਹੁਣ ਤੁਸੀਂ ਕਹਿ ਰਹੇ ਹੋ ਕਿ ਮਾਰਕੀਟਿੰਗ ਕੀਤੀ ਹੈ ਸਾਨੂੰ ਕੀ ਬਸਤੀ ਕੀ ਕਰਦੇ ਤੁਸੀਂ ਉਸ ਕੰਪਨੀ ਤੋਂ ਵੀ ਮੇਰੇ ਬਾਰੇ ਪਤਾ ਕਰ ਸਕਦੇ ਹੋ ਉਹ ਤਾਂ ਸਭ ਕਰਾਂਗੇ ਉਹ ਤਾਂ ਸਾਰਾ ਪਤਾ ਕਰਾਂਗੇ ਹੀ ਐਵੇਂ ਥੋੜਾ ਨਾ ਸੈਂਸ਼ਨ ਹੋ ਜਾਏਗਾ ਸਰ ਸਾਨੂੰ ਤਾਂ ਇਹ ਚਾਹੀਦਾ ਕਿ ਸਰ ਨੂੰ ਕੋਲੈਟਰਲ ਤਾਂ ਚਾਹੀਦਾ ਹੋਵੇਗਾ ਪਰ ਸਰ ਕੋਲੈਟਰਲ ਤਾਂ ਹਲੇ ਇਸ ਸਮੇਂ ਨਹੀਂ ਆ ਸਕਦਾ ਘਟੋ ਘਟ ਸਰ ਮੈਂ ਤਾਂ ਹੁਣੇ ਹੀ ਪੜ ਕੇ ਆਇਆ ਕੋਲੈਟਰਲ ਸਕਿਉਰਟੀ ਕਿਵੇਂ ਬਣਾਵਾਂਗਾ ਮੈਂ ਜ਼ਦਾਦ ਕਿੱਥੋਂ ਬਣਾਵਾਂਗਾ ਤੁਸੀਂ ਲੋਨ ਦੇਵੋਗੇ ਤੇ ਸਰ ਮੈਂ ਕੁਝ ਲੋਕਾਂ ਨੂੰ EMPLOYE ਰੱਖਾਂਗਾ ਫਿਰ ਮੈਂ ਆਪਣੇ ਲਈ ਵੀ ਕਮਾ ਲਵਾਂਗਾ ਵੀ ਤੁਸੀਂ ਕੋਈ ਗਾਰੈਂਟਰ ਲੈ ਆਉਣਾ ਸਰ ਜਿਹਦੇ ਨਾਮ ਕੋਈ ਪ੍ਰੋਪਰਟੀ ਹੋਵੇ ਕੋਈ ਗਾਰੈਂਟੀ ਨਹੀਂ ਦਿੰਦਾ ਹਲਕਿ ਮੈਂ ਗਾਰੰਟੀ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਸਕਦਾ ਸਰ ਪਰ ਸਰ ਸੈਕਿਉਰਿਟੀ ਤਾਂ ਆਪਣੀ ਪ੍ਰਾਪਰਟੀ ਤੇ ਤਾਂ ਜਿਹੜੇ ਤਾਂ ਜਿਹੜੇ ਗਰੰਟਰ ਹੋਣਗੇ ਉਹ ਆਪਣੀ ਪ੍ਰਾਪਰਟੀ ਦੇਣ ਸਰ ਪ੍ਰਾਪਰਟੀ ਨਹੀਂ ਹੈ ਤਾਂ ਸੀਜੀਟੀ ਐਮਐਸਸੀ ਹੈ ਜੋ ਸਰਕਾਰ ਦੀ ਹੈ ਸਾਨੂੰ ਪਤਾ ਹੈ ਸੀਜੀਟੀ ਐਮਐਸਸੀ ਕੀ ਹੈ ਸਾਨੂੰ ਸਭ ਪਤਾ ਹੈ ਇਸ ਬਾਰੇ ਤੇ ਅਸੀਂ ਤੇ ਅਸੀਂ ਭੁਗਤਿਆ ਵਿਆਸੀ ਇਹਦੇ ਤਹਿਤ ਲੋਨ ਕਿਤੇ ਨੇ ਤੇ ਸਾਨੂੰ ਪਤਾ ਹੈ ਕਿ ਰਿਕਵਰੀ ਕਿ ਹੁੰਦੀ ਹੈ ਤੇ ਸਰ ਤੁਹਾਡਾ ਜੋ ਵੀ ਡਿਸੀਜਨ ਹੋਵੇ ਸਰ ਉਹ ਮੈਨੂੰ ਪਲੀਜ਼ ਰਸੀਵਿੰਗ ਦੇ ਦਿਓ ਤੇ ਉਸ ਤੋਂ ਬਾਅਦ ਜੋ ਵੀ ਤੁਹਾਡਾ ਡਿਸੀਜਨ ਹੋਵੇ ਸਰ ਤੇ ਤੁਸੀਂ ਨਹੀਂ 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 ਅਸੀਂ ਕੋਈ ਰੀਸੀਵਿੰਗ ਵਗੈਰਾ ਨਹੀਂ ਦੇਵਾਂਗੇ ਤੁਸੀਂ ਤਾਂ ਕਾਫੀ ਸਿੱਖ ਸੱਕ ਆਏ ਹੋ ਕਾਫੀ ਪੜ ਕੇ ਆਏ ਹੋ ਚੈਂਬਰ ਤੋਂ ਸਿੱਖ ਆਏ ਹੋ ਉਹ ਸਭ ਤਾਂ ਠੀਕ ਹੈ ਸਰ ਵੇਖੋ ਰੀਸੀਵਿੰਗ ਤਾਂ ਤੁਹਾਨੂੰ ਦੇਣੀ ਪਵੇਗੀ ਦੇਣੀ ਹੋਵੇਗੀ ਮਤਲਬ ਤੁਸੀਂ ਸਾਨੂੰ ਧਮਕਾ ਰਹੇ ਨਹੀਂ ਧਮਕਾ ਨਹੀਂ ਰੇ ਬਸ ਤਾਂ ਬੇਨਤੀ ਕਰ ਰਹੇ ਹਾਂ ਸਰ ਫਿਰ ਦੇਣੀ ਹੋਵੇਗੀ ਤਾਂ ਕੀ ਮਤਲਬ ਹੈ ਸਰ ਇਹ ਤਾਂ ਸਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਤੁਹਾਡਾ ਪਰਸਨਲ ਤਾਂ ਹੈ ਨਹੀਂ ਇਹ ਤਾਂ ਬੈਂਕ ਹੈ ਪਰਸਨਲ ਤਾਂ ਨਹੀਂ ਹੈ ਪਰ ਜਦੋਂ ਲੋਨ ਖਰਾਬ ਹੁੰਦਾ ਤਾਂ ਸਾਡੇ ਉੱਪਰ ਹੀ ਇਹ ਸਭ ਪਰਸਨਲ ਹੁੰਦਾ ਹੈ ਸਰ ਇਹ ਤਾਂ ਫਿਰ ਅਗਰ ਤੁਹਾਡੀ ਗੱਲ ਮੰਨੀ ਜਾਏ ਫਿਰ ਤਾਂ ਕੋਈ ਬੈਂਕ ਕੋਈ ਵੀ ਲੋਨ ਹੀ ਨਹੀਂ ਕਰੇਗਾ ਨਹੀਂ ਜੀ ਹਾਂ ਨਹੀਂ ਲੋਨ ਕਰਦੇ ਨੇ ਕਰਦੇ ਨੇ ਲੋਨ ਤੁਸੀਂ ਪੂਰੀ ਗੱਲ ਤੇ ਜਾਓ ਤੇ ਜੇਕਰ ਤੁਹਾਨੂੰ ਸਿਬਲ ਜਾਂ ਕਿਸੇ ਚੀਜ਼ ਵਿੱਚ ਕੋਈ ਕਮੀ ਲੱਗਦੀ ਹੈ ਤਾਂ ਫਿਰ ਉਹ ਤਾਂ ਕਰਾਂਗੇ ਹੀ ਉਹ ਤਾਂ ਯਕੀਨੀ ਤੌਰ ਤੇ ਕਰਾਂਗੇ ਤੁਸੀਂ ਗਾਰੰਟੀ ਦਿਓਗੇ ਤਾਂ ਵੀ ਅਸੀਂ ਕਰਾਂਗੇ ਹੀ ਸਰ ਦੇਖੋ ਸਰ ਦੇਖੋ ਮੈਂ ਇੱਕ ਮੋਟਰਸਾਈਕਲ ਦਾ ਲੋਨ ਲਿੱਤਾ ਸੀ ਤੇ ਤੇ ਉਹਦੀਆਂ ਕਿਸ਼ਤਾਂ ਮੇਰੀਆਂ ਪੂਰੀ ਬਰਾਬਰ ਜਾ ਰਹੀਆਂ ਨੇ ਤੁਸੀਂ ਉੱਥੋਂ ਮੇਰਾ ਰਿਕਾਰਡ ਚੈੱਕ ਕਰ ਸਕਦੇ ਹੋ ਉਹ ਤਾਂ ਸਿਵਲ ਦਾਣਾ ਲੋਨ ਮੋਟਰਸਾਈਕਲ ਦਾ ਲੋਨ ਲਿਆ EMI ਅਦਾ ਕੀਤੀਆਂ bizness ਦਾ ਲੋਨ ਵੱਖਰਾ ਹੁੰਦਾ ਹੈ bizness ਲੋਣਾ ਵੱਖਰੀ ਗੱਲ ਹੈ ਇਹ ਤਾਂ ਸਾਨੂੰ ਸਾਰਾ ਦੇਖਣਾ ਪਏਗਾ ਨਾ ਸਰ ਸਰ ਤੁਸੀਂ ਜੋ ਵੀ ਪੁੱਛ ਕੇ ਚ ਕਰਨਾ ਚਾਹੁੰਦੇ ਹੋ ਸਰ ਮੇਰੀ ਬੇਨਤੀ ਹੈ ਤੁਹਾਨੂੰ ਕਿ ਤੁਸੀਂ ਸਹੀ ਢੰਗ ਨਾਲ ਪੁੱਛਤਾ ਕਰਨ ਤੋਂ ਬਾਅਦ ਹੀ ਮੈਨੂੰ ਲੋਨ ਦਿਓ ਕਿਉਂਕਿ ਕਿਉਂਕਿ ਤੁਸੀਂ ਉਹ ਤਾਂ ਉਹ ਤਾਂ ਕਰਾਂਗੇ ਹੀ ਭਾਈ ਜਾਂਚ ਪੜਤਾਲ ਕਰਕੇ ਹੀ ਲੋਨ ਦੇਵਾਂਗੇ ਸਰ ਸਰ ਦੇਖੋ ਇਹ ਇੱਕ ਸਰਕਾਰ ਦੀ ਸਕੀਮ ਹੈ ਸਰ ਤੁਸੀਂ ਸਾਨੂੰ ਲੋਨ ਦਿਓਗੇ ਸਾਡੀ ਮਦਦ ਕਰੋਗੇ ਤੇ ਨਾਲ ਹੀ ਤੁਸੀਂ ਅੱਛਾ ਲਿਆ ਲਓ ਠੀਕ ਹੈ ਠੀਕ ਹੈ ਲਾਓ ਐਦਰ ਦੇਓ ਤੁਸੀਂ ਪਰ ਇਹਦੀ ਪੂਰੀ ਜਾਂਚ ਪੜਤਾਲ ਕਰਨੀ ਹੋਵੇਗੀ ਇਹ ਨਹੀਂ ਜਲਦੀ ਨਹੀਂ ਹੋਵੇਗਾ ਇਹ ਐਦਾ ਨਹੀਂ ਹੋਵੇਗਾ ਕਿ ਤੁਸੀਂ ਇੱਧਰ ਦਿੱਤਾ ਤੇ 4 ਦਿਨ ਬਾਅਦ ਸਭ ਕੁਝ ਹੋ ਗਿਆ ਘਟੋ ਘਟ 10 ਦਿਨਾਂ ਤੱਕ ਸਾਨੂੰ ਕਾਲ ਨਹੀਂ ਕਰੋ ਕਿ ਸਰ ਇਸ ਵਿੱਚ ਤੁਸੀਂ ਸਾਡੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਵਾਓ ਉਸੇ ਕਰਾਂਗੇ ਉਸੇ ਸਾਰਾ ਕਰਾਂਗੇ ਇਸ ਤੋਂ ਬਾਅਦ ਸਰ ਕਿਰਪਾ ਕਰਕੇ ਤੁਸੀਂ ਸਾਡਾ ਸਥਾਨ ਵੀ ਦੇਖੋ ਅਤੇ ਸਪਲਾਈਅਰ ਨੂੰ ਵੀ ਵੇਖੋ ਜਿਸ ਤੋਂ ਜਿੱਥੋਂ ਮੈਂ ਤਜਰਬਾ ਲਿੱਤਾ ਹੈ ਤੁਸੀਂ ਉਸ ਜਗ੍ਹਾ ਤੇ ਵੀ ਜਾ ਸਕਦੇ ਹੋ ਤੁਸੀਂ ਪੂਰੀ ਤਰ੍ਹਾਂ ਅੱਛਾ ਤੁਸੀਂ ਆਪਣਾ ਕੇ ਵਾਇਸ ਨਹੀਂ ਨਹੀਂ ਅਪ ਤੋਂ ਡਾਕਾ ਵੈਸੀ ਜਾਂ ਥੋੜਾ ਆਧਾਰ ਕਾਰਡ ਕਿਹਦਾ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਦੇਖੋ ਪੇਜ ਨੰਬਰ 5 ਤੇ ਮੈਂ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਲਗਾਇਆ ਸਰ ਤੇ ਨਾਲ ਹੀ ਸਰ ਮੈਂ ਆਪਣਾ ਫੋਟੋ ਵੀ ਲਗਾਇਆ ਇਸ ਤੇ ਇਹ ਐਸੇ ਐਡਰੈਸ ਤੇ ਤੁਸੀਂ ਰਹਿੰਦੇ ਹੋ ਜੀ ਅੱਛਾ ਚਲੋ ਠੀਕ ਹੈ ਤੁਸੀਂ ਸਰ ਬਹੁਤ ਬਹੁਤ ਧੰਨਵਾਦ ਮੈਨੂੰ ਮੈਨੂੰ ਲੱਗਦਾ ਹੈ ਕਿ ਜੋ ਸਕੀਮ ਹੈ ਸਰ ਉਹਦੇ ਬਾਰੇ ਤੁਸੀਂ ਕਾਫੀ ਪੋਜ਼ਿਟਿਵ ਹੋ ਠੀਕ ਹੈ ਤੁਸੀਂ ਤਾਂ ਬਹੁਤ ਕੁਝ ਪੜ ਕੇ ਆਏ ਹੋ ਸਾਰਾ ਦੇਖ ਕੇ ਆਏ ਹੋ ਚਲੋ ਠੀਕ ਹੈ ਸਰ ਤੇ ਇਸੇ ਤਰੀਕੇ ਰੀਸੀਵਿੰਗ ਦੇ ਦੋ ਚੰਦਰ ਤੋ ਵੀ ਕਾਫੀ ਕੁਝ ਸਿੱਖ ਕੇ ਆਏ ਹੋ ਰੀਸੀਵਿੰਗ ਤੁਸੀਂ ਮੈਨੂੰ ਇੱਥੇ ਦੇ ਦੇ ਨਹੀਂ ਮੈਂ ਇੱਥੇ ਰੀਸੀਵਿੰਗ ਨਹੀਂ ਦੇਵਾਂਗਾ ਓ ਸੁਨੀ ਇਹ ਜਰਾ ਰੀਸੀਵ ਕਰੋ ਇਹਨੂੰ ਇਹਨੂੰ ਕਰਵਾ ਲਓ ਠੀਕ ਹੈ ਸਰ ਤਾਂ ਮੈਂ ਇਹਨਾਂ ਤੋਂ ਰੀਸੀਵਿੰਗ ਲੈ ਲੈਣਾ ਸਰ ਹੂੰ ਤੇ ਫਿਰ ਆ ਫਾਈਲ ਮੈਂ ਉਹਨਾਂ ਦੇ ਕੋਲ ਛੱਡ ਦੇਣਾ ਸਰ ਸਰ ਸਾਡੀ ਇਹ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਇੱਕ ਵਾਰ ਪਲੀਜ਼ ਇਹਨੂੰ ਜ਼ਰੂਰ ਦੇਖਣਾ ਤੁਹਾਡਾ ਜੋ ਵੀ ਡਿਸੀਜਨ ਹੋਵੇ ਸਰ ਟਾਈਮ ਤੇ ਤੁਸੀਂ ਸਾਨੂੰ ਪਲੀਜ਼ ਦੱਸ ਦਿਓ ਠੀਕ ਹੈ ਠੀਕ ਹੈ ਸਰ ਧੰਵਾਦ ਜੀ ਸਨੀਏ ਸ਼ਰਮਾ ਜੀ ਤੋਂ ਰੀਸੀਵ ਕਰਵਾ ਲਓ ਤਾਂ ਦੋਸਤੋ ਤੁਸੀਂ ਵੇਖਿਆ ਕਿ ਮੈਂ ਜਦੋਂ ਇੱਕ ਬੋਰੀਅਰ ਦੇ ਰੂਪ ਵਿੱਚ ਬੈਂਕ ਵਿੱਚ ਜਾਣਾ ਤਾਂ ਸਥਿਤੀ ਉਹੀ ਹੁੰਦੀ ਹੈ ਜੋ ਤੁਸੀਂ ਕਿਹਾ ਸੀ ਯਾਨੀ ਬ੍ਰਾਂਚ ਮੈਨੇਜਰ ਪਹਿਲਾਂ ਇਹ ਕਹਿੰਦੇ ਨੇ ਅਸੀਂ ਹਾਲੇ ਲੋਨ ਸੈਂਸ਼ਨ ਨਹੀਂ ਕਰ ਰਹੇ ਲੇਕਿਨ ਸਾਨੂੰ ਦੋਸਤੋ ਮੈਂ ਤੁਹਾਨੂੰ ਕੁਝ ਟਿਪਸ ਦੇਣਾ ਅਸੀਂ ਬ੍ਰਾਂਚ ਮੈਨੇਜਰ ਨਾਲ ਲੜਾਈ ਨਹੀਂ ਕਰਨੀ ਅਸੀਂ ਕੋਈ ਲੜਾਈ ਝਗੜੇ ਲਈ ਨਹੀਂ ਗਏ ਉਹਨਾਂ ਦੀ ਵੀ ਕੋਈ ਮਜਬੂਰੀ ਹੋ ਸਕਦੀ ਹੈ ਸਾਨੂੰ ਉਹਨਾਂ ਨੂੰ ਕਨਵੈਂਸ ਕਰਨਾ ਹੈ ਸਾਨੂੰ ਉਹਨਾਂ ਨੂੰ ਦੱਸਣਾ ਹੈ ਜੋ ਵੀ ਮੈਂ ਤੁਹਾਨੂੰ ਦੱਸਿਆ ਆਪਣੀ ਪੁਰਾਣੀ ਵੀਡੀਓ ਵਿੱਚ ਕਿ ਕੀ ਕੀ ਸਕੀਮ ਹਨ ਉਹਨਾਂ ਦੇ ਬਾਰੇ ਉਹਨਾਂ ਨੂੰ ਦੱਸੋ ਕਿ ਜਿਸ ਸਕੀਮ ਦੇ ਤਹਿਤ ਤੁਸੀਂ ਆਪਣਾ ਲੋਨ ਅਪਲਾਈ ਕੀਤਾ ਹੈ ਤੁਸੀਂ ਦੱਸੋ ਸਰਕਾਰ ਦੀ ਉਸ ਸਕੀਮ ਦੇ ਬਾਰੇ ਤੁਸੀਂ ਦੱਸ ਸਕਦੇ ਹੋ ਇਸ ਵੀਡੀਓ ਦੇ ਬਾਰੇ ਚ ਵੀ ਜੋ ਚੈਂਬਰ ਆਫ ਇੰਡੀਅਨ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਦੁਆਰਾ ਐਮ ਐਸ ਐਮ ای ਹੈਲਪਲਾਈਨ ਦੁਆਰਾ ਸ਼ੁਰੂ ਕੀਤੀ ਗਈ ਅੰਦੋਲਨ ਬਾਰੇ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਇੱਥੋਂ ਪਤਾ ਲੱਗਾ ਹੈ ਜਾਂ ਤੁਹਾਨੂੰ ਕਿਸੇ ਸਰਕਾਰੀ ਵੈੱਬਸਾਈਟ ਤੋਂ ਪਤਾ ਲੱਗਾ ਹੈ ਤੇ ਦੋਸਤੋ ਜਦੋਂ ਤੁਸੀਂ ਆਰਾਮ ਨਾਲ ਉਹਨਾਂ ਨੂੰ ਆਪਣੇ ਪ੍ਰੋਜੈਕਟ ਦੇ ਬਾਰੇ ਦੱਸੋਗੇ ਤਾਂ ਤੁਸੀਂ ਉਹਨਾਂ ਨੂੰ ਇਹ ਦੱਸਣਾ ਹੈ ਕਿ ਤੁਹਾਨੂੰ ਸਕੀਮ ਦੇ ਬਾਰੇ ਪੂਰਾ ਪੂਰਾ ਪਤਾ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਬ੍ਰਾਂਚ ਮੈਨੇਜਰ ਤੁਹਾਡੇ ਲੋਨ ਨੂੰ ਕਨਸੀਡਰ ਜ਼ਰੂਰ ਕਰੇਗਾ ਦੋਸਤੋ ਸੈਂਕਸ਼ਨ ਕਰਨਾ ਜਾਂ ਨਾ ਕਰਨਾ ਇਹ ਪੂਰੀ ਤਰ੍ਹਾਂ ਨਾਲ ਬੈਂਕ ਤੇ ਡਿਪੈਂਡ ਕਰਦਾ ਹੈ ਲੇਕਿਨ ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਬੈਂਕ ਜਾਂ ਕੋਈ ਵੀ ਬ੍ਰਾਂਚ ਜਦੋਂ ਤੁਹਾਡਾ ਪ੍ਰਪੋਜ਼ਲ ਰਿਸੀਵ ਕਰ ਲਏਗੀ ਤਾਂ ਉਹਨਾਂ ਦੇ ਲਈ ਉਹਨਾਂ ਨੂੰ ਸੈਂਸ਼ਨ ਕਰਨਾ ਜ਼ਿਆਦਾ ਆਸਾਨ ਹੋਏਗਾ ਇਸ ਦੀ ਬਜਾਏ ਕਿ ਉਹਨੂੰ ਰਿਜੈਕਟ ਕਰਨ ਕਿਉਂਕਿ ਦੋਸਤੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜਿਸ ਮੈਨੇਜਰ ਨੂੰ ਲੋਨ ਐਪਰੂਵ ਕਰਨ ਦੀ ਪਾਵਰ ਹੁੰਦੀ ਹੈ ਉਸ ਕੋ ਲੋਨ ਰਿਜੈਕਟ ਕਰਨ ਦੀ ਪਾਵਰ ਨਹੀਂ ਹੁੰਦੀ ਜੇ ਉਹਨਾਂ ਨੂੰ ਲੋਨ ਰਿਜੈਕਟ ਕਰਨਾ ਹੋਏਗਾ ਤਾਂ ਆਪਣੇ ਤੋਂ ਇੱਕ ਲੈਵਲ ਉੱਤੇ ਜਾਣਾ ਪਊਗਾ ਲੋਨ ਰਿਜੈਕਟ ਕਰਨ ਲਈ ਤਾਂ ਦੋਸਤੋ ਇਹ ਮੈਂ ਸਮਝਦਾ ਕਿ ਅੱਜ ਜੋ ਅਸੀਂ ਇਸ ਵੀਡੀਓ ਦੇ ਦੁਆਰਾ ਤੁਹਾਨੂੰ ਦੱਸਿਆ ਹੈ ਕਿ ਤੁਸੀਂ ਕਿਵੇਂ ਜਾਓਗੇ ਕਿਵੇਂ ਗੱਲ ਕਰੋਗੇ ਕਿਵੇਂ ਬ੍ਰਾਂਚ ਮੈਨੇਜਰ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੋਗੇ ਇਹ ਤੁਹਾਡੇ ਕਾਫੀ ਕੰਮ ਆ ਸਕਦੀ ਹੈ ਦੋਸਤੋ ਇਸੇ ਤਰ੍ਹਾਂ ਦੀ ਬਹੁਤ ਸਾਰੀ ਵੀਡੀਓ ਅਸੀਂ ਤੁਹਾਡੇ ਸਾਹਮਣੇ ਜਲਦੀ ਹੀ ਲਿਆਉਣ ਵਾਲੇ ਆ ਤੇ ਫਿਰ ਇਹ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਜੋ ਬੈਲ ਹੈ ਇਸ ਨੂੰ ਕਲਿੱਕ ਕਰੋ ਤਾਂ ਕਿ ਜਿੱਦਾਂ ਹੀ ਨੋਟੀਫਿਕੇਸ਼ਨ ਕੋਈ ਨਵਾਂ ਅਸੀਂ ਕੋਈ ਵੀਡੀਓ ਪਾਈਏ ਤਾਂ ਫਿਰ ਤੁਹਾਡੇ ਕੋਲ ਉਹ ਕੋਈ ਨੋਟੀਫਿਕੇਸ਼ਨ ਆ ਜਾਏ ਔਰ ਤੁਸੀਂ ਉਸ ਵੀਡੀਓ ਨੂੰ ਦੇਖ ਸਕੋ ਨਮਸਕਾਰ ਸਤਿ ਸ਼੍ਰੀ ਅਕਾਲ